ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੈਨੂੰ ਪੈ ਗਿਆ ਅੱਜ, ਇਹ ਮਹਾਰਾਜ ਅਥਾਹ ਪਿਆਰ ਕਰਦਾ, ਅਥਾਹ ਗਿੱਲਾ ਪਿਆਰ, ਬਹੁਤ ਗਿੱਲਾ ਪਿਆਰ ਕਰਦਾ। ਜਦੋਂ ਅਮਨਜੋਤ ਨੂੰ ਦੇਖਦਾ ਨਾ, ਇਹ ਸ਼ੀਸ਼ੂ ਕਰ ਦਿੰਦਾ ਪਹਿਲਾਂ। ਲਾਈਟ ਆੜੀ ਆੜੀ, ਉਹ ਕੀ ਕਰੀ ਜਾਂਦਾ ਤੂੰ? ਓਏ ਆੜੀ ਕੀ ਕਰੀ ਜਾਂਦਾ? ਉਹ ਭਰਾਵਾ ਕੁੜਤੇ ਨਾ ਪਾੜ ਦੀ ਸਾਡੇ। ਨਾ 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 ਭਰਾਵਾ, ਬਹੁਤ ਹੋ ਗਿਆ, ਬਹੁਤ ਹੋ ਗਿਆ। ਚੱਲ ਬਸ ਬਸ ਬਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਠੀਕ ਹੋ ਸਿਮਰਨ ਜੀ? ਅੱਜ ਦਮਾਲਾ ਸਜਾਇਆ ਹੋਇਆ ਮਹਾਰਾਜ? ਅੱਜ ਅਸੀਂ ਟਰੈਵਲਿੰਗ ਕਰਨੀ ਹੈ ਜਰਾ, ਮੈਂ ਕਿਹਾ ਟਰੈਵਲਿੰਗ ਹੀ ਕਰਨੀ ਨੇ ਫਿਰ ਅੱਜ ਦਮਾਲਾ ਵਾਹਣਾ। ਸੋ ਅਸੀਂ ਜਾ ਰਹੇ ਹਾਂ, ਅਸੀਂ ਜਾ ਰਹੇ ਹਾਂ ਜੀ ਦਿੱਲੀ। ਸ਼ਾਮ ਦੇ ਇਸ ਟਾਈਮ 4:30 ਵੱਜ ਚੁੱਕੇ ਹੋਏ ਆ, ਅਤੇ ਸਵੇਰੇ ਸਾਡਾ ਕੀਰਤਨ ਹੈ ਜੀ ਦਿੱਲੀ। ਸੋ ਅਸੀਂ ਸੋਚਿਆ ਕਿ ਰਾਤੋਂ ਰਾਤ ਅਸੀਂ ਨਿਕਲਾਂਗੇ, ਥੋੜ੍ਹੀ ਰੈਸਟ ਹੋ ਜਾਏਗੀ ਉੱਥੇ। ਗੁਰਦੁਆਰਾ ਕਿੱਥੇ? ਰਕਾਬਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਪਾਂ ਰਾਤ ਰੁਕ ਜਾਵਾਂਗੇ, ਅਤੇ ਸਵੇਰੇ ਉੱਠ ਕੇ ਸਿੱਧਾ ਕੀਰਤਨ 'ਤੇ। ਅਤੇ ਦੂਜਾ ਇਹ ਹੈ ਵੀ ਉੱਥੋਂ ਕੀਰਤਨ ਕਰਕੇ ਅਸੀਂ ਜਾਣਾ ਯਮੁਨਾਨਗਰ। ਹਾਂ, ਉਹ ਰਾਤ ਦਾ ਕੀਰਤਨ ਹੈ ਜੀ ਆਪਾਂ ਕਰਕੇ, ਅਤੇ ਮਹਾਰਾਜ ਦੀ ਕਿਰਪਾ ਨਾਲ ਫਿਰ ਵਾਪਸੀ ਆਵਾਂਗੇ। ਸੋ ਇਹ 2 ਕੀਰਤਨ ਹੈ ਜੀ, ਚੱਲਦੇ ਹਾਂ ਆਪਾਂ, ਅਤੇ ਬਾਕੀ ਜੋ ਵੀ ਅਪਡੇਟਾਂ ਹੋਣਗੀਆਂ ਉਹ ਆਪ ਜੀ ਨੂੰ ਨਾਲ ਨਾਲ ਦਰਸਾਉਂਦੇ ਜਾਵਾਂਗੇ ਜੀ, ਦਿਖਾਉਂਦੇ ਜਾਵਾਂਗੇ ਜੀ। ਅਤੇ ਚੱਲਦੇ ਹਾਂ ਜੀ। ਆ ਦੇਖੋ ਜੀ ਪੱਗ, ਇਹ ਮੈਂ ਪੂਰੀ ਫਿਨਿਸ਼ ਕੀਤੀ ਹੈ। ਆ ਦੇਖੋ ਪਿੱਛੇ ਤੋਂ, ਇਹ ਆ ਦੇਖੋ ਪਿੱਛੇ ਵਾਲਾ ਲੜ ਵੀ ਲੱਗਿਆ, ਅੱਗ ਪਿੱਛੇ ਪੌੜੀਆਂ ਵੀ ਬਣੀਆਂ ਆ। ਦੇਖੋ ਓ ਰੱਬਾ, ਇੱਕ ਮਿੰਟ ਯਾਰ, ਉਹ ਥੋੜਾ ਹਨੇਰਾ ਗਿਆ। ਇਹ ਸਤਸੰਗ ਜੀ ਦੇਖੋ, ਇਹਦੇ ਕਾਰਾਗਰੀ, ਇਹ ਉਂਗਲਾਂ ਤੇ ਬੰਨ ਚੜਦਾ ਜੀ, ਆਰਟਿਸਟ ਬੰਦਾ, ਆਰਟਿਸਟ ਯਾਰ। ਅਸੀਂ ਪਿੱਛੇ ਜਾਣਾ ਵਧੀਆ ਜੀ ਪੱਗ, ਇੱਕ ਮਿੰਟ ਤੇ ਫੜਦਾ ਜੀ। ਆ ਦੇਖੋ ਲੜ ਲੜ ਬਣੇ ਪੂਰੇ ਆ। ਕਿੱਥੇ ਖਾਣ ਦੀ ਗੱਲਾਂ ਹੋ ਰਹੀ ਹੈ? ਮੁਲਤਾਨੀ ਢਾਬਾ ਜੀ, ਲਓ ਜੀ ਮੁਲਤਾਨੀ ਢਾਬਾ ਆ ਗਿਆ ਜੀ, ਸਾਡਾ ਦੇਸੀ ਢਾਬਾ। ਤੇ ਇੱਕ ਮਿੰਟ ਲਾਈਟ ਆਣੀ ਹੈ, ਤੇ ਇੱਥੇ ਆਪਾਂ ਰੋਟੀ ਖਾਣ ਲੱਗੇ ਹਾਂ ਜੀ। ਅਤੇ ਰਾਤ ਦੇ 7:15 ਹੋ ਚੁੱਕੇ ਹੋਏ ਆ ਜੀ, ਅਤੇ ਅਸੀਂ ਕਿਹਾ ਵੀ ਚਲੋ ਛੱਕ ਲੈਂਦੇ ਹਾਂ। ਉੱਦਾਂ ਮੈਂ ਜੇ ਘਰੇ ਹੋਵਾਂ ਤਾਂ 8 ਵਜੇ ਛੱਕਦਾ ਹੁੰਦਾ, ਪਰ ਮੈਂ ਕਿਹਾ ਚਲੋ ਅੱਜ 7:15 ਛੱਕ ਲੈਂਦੇ ਹਾਂ। ਇੱਥੇ ਥੋੜ੍ਹਾ ਬਹੁਤਾ ਛੱਕ ਕੇ ਅਤੇ ਫਿਰ ਟਹਿਲ ਟੂਲ ਲਵਾਂਗੇ, ਥੋੜ੍ਹਾ ਬਹੁਤ ਤੁਰ ਫਿਰ ਲਵਾਂਗੇ, ਫਿਰ ਨਿਕਲਾਂਗੇ ਦਿੱਲੀ ਵੱਲ ਨੂੰ ਜੀ। ਚਲੋ ਜੀ ਚਲਤੇ ਹੈਂ। ਉਹ ਲੋਕ ਕਰ ਗਿਆ, ਨਹੀਂ ਖੁੱਲ੍ਹ ਗਈ। ਵਾਹਿਗੁਰੂ 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 ਵਾਹਿਗੁਰੂ। ਉਹ ਸੂਰਜ ਚਾਹ ਹੀ ਰਿਹਾ ਬਸ। ਉਹ ਇੱਕ ਇੱਕ ਹੁੰਦਾ ਸਨਰਾਈਜ਼, ਦੂਜਾ ਕੀ ਹੁੰਦਾ? ਸਨਸੈਟ। ਅੱਛਾ, ਮੈਨੂੰ ਭੁੱਲ ਹੀ ਗਿਆ ਸੈੱਟ ਗਿਆ ਸਨ। ਹਾਂ, ਤੁਸੀਂ ਦੇਖੋ ਮੇਰੇ ਪਿੱਛੇ ਕਿੰਨਾ ਸੋਹਣਾ ਸਨਸੈਟ ਹੋ ਰਿਹਾ, ਬੜਾ ਇਹਦੇ ਵਿੱਚ ਬੜਾ ਅੱਛਾ ਆ ਰਿਹਾ, ਦਿਖ ਰਿਹਾ ਛੱਡਦਾ ਜਦੋਂ ਸਨਸੈਟ।
ਇਹਨਾਂ ਨੂੰ ਕਹੋ ਮਲੇਸ਼ੀਆ ਵਾਲਿਆਂ ਵਾਂਗੂ ਨਾ ਇੱਥੇ ਇੱਥੇ ਬਾਹਰ ਹੀ ਡਾਹ ਦਿਆ ਕਰੋ ਕੁਰਸੀਆਂ ਕਰਸੀਆਂ ਲਓ ਜੀ ਆ ਗਏ ਜੀ ਢਾਬੇ ਦੇ ਅੰਦਰ ਅਸੀਂ ਡਿਸਕਸ ਕਰਦੇ ਪਏ ਸੀਗੇ ਵੀ ਜਿਹੜਾ ਦੇਸੀ ਗਾਂ ਦਾ ਘਿਓ ਹੁੰਦਾ ਜਿਹੜੀ ਜਿਹੜੀ ਕਿਹੜੀ ਹੁੰਦੀ ਦੇਸੀ ਗਾਂ ਜਿਹੜੀ ਇੰਡੀਅਨ ਦੇਸੀ ਗਾਂ ਜਿਹੜੀ ਹੈਗੀ ਆ ਉਹਦਾ ਇੱਕ ਹੁੰਦਾ ਕਰੀਮ ਵਾਲਾ ਘਿਓ ਜਿਹਦੇ ਕਰੀਮ ਤੋਂ ਘਿਓ ਬਣਦਾ ਇੱਕ ਹੁੰਦਾ ਬਿਲੋ ਕੇ ਜਿਹੜਾ ਰਿੜਕਣਾ ਹਾਂ ਰਿੜਕਣਾ ਜਿਹਨੂੰ ਆਪਾਂ ਕਹਿੰਦੇ ਹਾਂ ਅਤੇ ਉਹਨਾਂ ਵਿੱਚੋਂ ਮੱਖਣ ਦਾ ਘਿਓ ਜਿਹੜਾ ਬਣਦਾ ਹਾਂ ਉਹਨਾਂ 'ਚੋਂ ਵਧੀਆ ਕਹਿੰਦੇ ਆ ਵੀ ਜਿਹੜਾ ਰਿੜਕ ਕੇ ਕੱਢਿਆ ਜਾਂਦਾ ਨਾ ਮੱਖਣ ਤੋਂ ਰਿੜਕ ਕੇ ਅਤੇ ਕਹਿੰਦੇ ਉਹ ਜ਼ਿਆਦਾ ਵਧੀਆ ਹੁੰਦਾ ਅਤੇ ਤੁਸੀਂ ਦੱਸਿਓ ਜੇ ਕੋਈ ਘਿਓ ਦਾ ਕੰਮ ਕਰਦਾ ਤਾਂ ਦੱਸਿਓ ਕਿਹੜਾ ਵਧੀਆ ਹੁੰਦਾ ਦੇਸੀ ਗਾਂ ਵੀ ਇੱਕ ਹੁੰਦੀ ਹੈ ਉਹਦਾ ਨਾਮ ਭੁੱਲ ਗਿਆ ਮੈਨੂੰ ਕਿਹੜੀ ਹੁੰਦੀ ਹੈ ਦਾਲ ਲਓ ਜੀ ਅਸੀਂ ਹੁਣ ਖਾ ਲਈਏ ਵਾਹਿਗੁਰੂ ਕਹਿ ਕੇ ਵਾਹਿਗੁਰੂ ਜੀ ਚਲੋ ਜੀ ਚੱਲੀਏ ਸ਼ੁਕਰ ਹੈ ਦਾਤਿਆ ਖਾਣ ਨੂੰ ਭੋਜਨ ਮਿਲ ਗਿਆ ਚਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਾਤ ਅਸੀਂ ਪਹੁੰਚ ਗਏ ਸੀਗੇ ਜੀ ਥੋੜ੍ਹਾ ਲੇਟ ਮੇਰੇ ਖਿਆਲ 1:30 ਵਜੇ ਪਹੁੰਚ ਗਏ ਸੀ ਦਿੱਲੀ ਕਾਲਕਾ ਜੀ ਅਸੀਂ ਰਾਤ ਇੱਥੇ ਇੱਕ ਪਰਿਵਾਰ ਦੇ ਰੁਕੇ ਹਾਂ ਜੀ ਕੀ ਨਾਮ ਦੱਸਿਆ ਵੀਰ ਜੀ ਹਰਪਨਦੀਪ ਸਿੰਘ ਸੋਨੀ ਹਰਪਨਦੀਪ ਸਿੰਘ ਸੋਨੀ ਜੀ ਇਹਨਾਂ ਦੇ ਘਰੇ ਆਪਾਂ ਰੁਕੇ ਹਾਂ ਬਹੁਤ ਪਿਆਰ ਵਾਲਾ ਪਰਿਵਾਰ ਹੈ ਅਤੇ ਇਹ ਸਾਰੀ ਕਾਬਲੀ ਸਿੰਘਾਂ ਦੀ ਫੈਮਿਲੀ ਹੈ ਇਹ ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੇ ਇੰਗਲੈਂਡ ਬਹੁਤ ਨੇ ਕਾਬਲੀ ਸਿੰਘ ਸਾਡੇ ਉੱਥੇ ਉਹਨਾਂ ਦੇ ਪਰਿਵਾਰਾਂ ਦੇ ਅਸੀਂ ਜਾਈਦਾ ਬਹੁਤ ਪਿਆਰ ਵਾਲੀ ਅਤੇ ਸ਼ਰਧਾ ਵਾਲੀ ਸੰਗਤ ਹੈ ਇਹ ਅਤੇ ਨਾਲ ਰਵਿੰਦਰ ਵੀਰ ਜੀ ਬੈਠੇ ਨੇ ਅਤੇ ਵੀਰ ਜੀ ਹੋਣੀ ਜਸਪਾਲ ਸਿੰਘ ਜੀ ਬੜੇ ਪਿਆਰ ਵਾਲੇ ਬੜੇ ਸੇਵਾਦਾਰ ਬੜੀਆਂ ਸੇਵਾਵਾਂ ਵਿੱਚ ਤਤਪਰ ਰਹਿੰਦੇ ਨੇ ਅਤੇ ਹੁਣ ਵੀ ਇਹਨਾਂ ਨੂੰ ਖੇਚਲ ਦਿੱਤੀ ਰਾਤ ਦੀ ਅਸੀਂ ਅਤੇ ਪ੍ਰਸ਼ਾਦਾ ਛਕਾ ਰਹੇ ਨੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਪਹਿਰ ਦਾ ਕੀਰਤਨ ਹੋ ਚੁੱਕਿਆ ਹੈ ਦਿੱਲੀ ਕਾਲਕਾ ਜੀ ਆਏ ਸੀਗੇ ਹਾਂ ਹੁਣ ਕੀਰਤਨ ਕਰਕੇ ਬਾਹਰ ਆਏ ਹਾਂ ਗੁਰੂ ਘਰ ਤੋਂ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਸ਼ਾਮ ਦਾ ਕੀਰਤਨ ਹੈ ਸਾਡਾ ਰਾਤ ਦਾ ਯਮੁਨਾ ਨਗਰ ਜਿਹੜਾ ਤੁਸੀਂ ਕਹਿਤਾ ਉਹੀ ਹੈ ਨਗਰ ਨਹੀਂ ਮੇਰਾ ਪਹਿਲਾਂ ਜੱਜਾ ਨਿਕਲ ਗਿਆ ਯਮੁਨਾ ਨਗਰ ਵਾਈ ਤੋਂ ਹੈ ਯਮੁਨਾ ਨਗਰ ਜਾ ਰਹੇ ਹਾਂ ਅਸੀਂ ਅਤੇ ਮੌਸਮ ਦੇਖੋ ਤੁਸੀਂ ਹੈ ਨਿਕਲੀ ਪਈ ਚਮਕੀ ਪਈ ਇੱਕਦਮ ਅਤੇ ਚੱਲਦੇ ਹਾਂ ਜੀ ਫਿਰ ਤੁਹਾਨੂੰ ਅੱਗੇ ਜੋ ਵੀ ਅਪਡੇਟ ਹੁੰਦੀ ਹੈ ਤਾਂ ਤੁਹਾਨੂੰ ਦਿੰਦੇ ਹਾਂ ਅਤੇ ਕੁਛ ਨਵਾਂ ਵਾਪਰਦਾ ਤਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਆਪ ਹੀ ਮੈਪ ਹੋ ਮਹਾਰਾਜ ਕਹਿੰਦੇ ਮੈਪ ਲਾਓ ਮੈਂ ਕਿਹਾ ਆਪ ਹੀ ਮੈਪ ਹੈ ਤੁਹਾਨੂੰ ਮਹਾਰਾਜ ਦੱਸਣ ਦੀ ਲੋੜ ਹੈ ਰਾਹ ਕੋਈ ਮੈਂ ਐਪ ਦਾ ਮਤਲਬ ਹੁੰਦਾ ਮੈਂ ਆਪ ਪਤਾ ਮੈਪ ਉਹੀ ਅਸੀਂ ਅੱਜ ਲਾਉਣਾ ਹੀ ਨਹੀਂ ਮੈਪ ਆਪੇ ਭਾਅ ਜੀ ਤੁਹਾਨੂੰ ਲੈ ਕੇ ਚੱਲੋ ਯਮੁਨਾ ਨਗਰ ਹੈ
ਦੇਖਿਆ ਕਿ ਸ਼ਾਰਟ ਬਣ ਰਿਹਾ ਤੇ ਮੈਂ ਵਿੱਚ ਆ ਜਾਵਾਂ ਇਦਾਂ ਕਰਨ ਲੱਗ ਪਿਆ ਮੈਨੂੰ ਇੱਕ ਗੱਲ ਸਮਝਾ ਕੋਸ਼ਿਸ਼ ਕੀਤੀ ਕੁਛ ਦਿਖਾਣ ਦੀ ਪਰ ਚਲੋ ਹੁਣ ਕੀ ਕਰ ਸਕਦੇ ਹੁਣ ਅਸੀਂ ਅੱਗੇ ਲੰਘਦੇ ਪਏ ਜਿੰਨੀ ਦੇਰ ਨੂੰ ਅਸੀਂ ਓਦਾਂ ਓਦਾਂ ਕਹੀ ਜਾਂਦੇ ਵਾਹ ਵਾਹ ਕੀ ਬਾਤ ਹੈ ਕਿੰਨਾ ਸੋਹਣਾ ਮੰਦਿਰ ਹੈ ਮੰਦਿਰ ਬੜਾ ਸੋਹਣਾ ਤੇ ਯਾਦ ਨਹੀਂ ਕਿ ਵਲੌਗ ਵੀ ਬਣਾਉਣਾ ਤੇ ਵਿੱਚ ਹੀ ਰਹਿ ਗਿਆ ਕੰਮ ਇਦਾਂ ਦੇ ਸਾਥੀ ਹੋਣ ਤੇ ਵਲੌਗ ਨਹੀਂ ਆਉਂਦੇ ਸਾਧ ਸੰਗਤ ਜੀ ਮੈਂ ਮਾਫ਼ੀ ਚਾਹੁੰਦਾ ਜੀ ਮੈਂ ਕੋਸ਼ਿਸ਼ ਪੂਰੀ ਕੀਤੀ ਤੁਹਾਨੂੰ ਦਿਖਾਉਣ ਦੀ ਤੇ ਚਲੋ ਕੋਈ ਗੱਲ ਨਹੀਂ ਅੱਗੇ ਤਾਂ ਮੈਂ ਧਿਆਨ ਰੱਖਾਂਗਾ ਉਹ ਹੈ ਸੁਸਤ ਬੰਦਾ ਤੁਸੀਂ ਵਲੌਗ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਣਾ ਭਾਜੀ ਕਲਿੱਪ ਤਾਂ ਮੈਂ ਬਣਾਈ ਤਾਂ ਰੇ ਤੁਸੀਂ ਅਜੇ ਐਡਿਟ ਕੀਤੇ ਕੀਤਾ ਕਲਿੱਪ ਬਣਾ ਦਿੰਦਾ ਕੀਰਤਨ ਕਰ ਲਿਆ ਨਿਕਲ ਗਏ ਚਲੋ ਜੀ ਚਲੋ ਕੀ ਕਹਿਣ ਲੱਗੇ ਕਿ ਭਾਈ ਸਾਹਿਬ ਯਮੁਨਾਨਗਰ ਜਿਹਨੂੰ ਹਿੰਦੀ ਮੈਂ ਯਮੁਨਾਨਗਰ ਵੀ ਕਹਤੇ ਇੱਕ ਹੀ ਗੱਲ ਹੈ ਪੰਜਾਬੀ ਯਮੁਨਾ ਹੋ ਜਾਂਦਾ ਹਿੰਦੀ ਮੈਂ ਯਮੁਨਾ ਹੋ ਜਾਂਦਾ ਬਾਕੀ ਗੱਲਾਂ ਛੱਡੋ ਤੇ ਰੋਡ ਦੇਖੋ ਤੁਸੀਂ ਪੈਰ ਨੀ ਰੱਖ ਹੋਣਾ ਪੈਰ ਬਾਬਾ ਜੀ ਰੱਖਣਾ ਵੀ ਕਿੰਨੇ ਇੱਥੇ ਗੱਡੀ ਦੇ ਪੈਰ ਗਰਮੀ ਬਹੁਤ ਹੋ ਗਈ ਹੈ ਕਿਹੜੀ ਰੋਡ ਹੈ ਲੋਕ ਵਾਲੀ ਨਹੀਂ ਲੋਕ ਵਾਲੀ ਤੇ ਯਮੁਨਾਨਗਰ ਚੱਲਾਂਗੇ ਵਿੱਚ ਮੁਜ਼ੱਫਰਨਗਰ ਵੀ ਆਏਗਾ ਮਤਲਬ ਯੂਪੀ ਬੈਲਟ ਤੇ ਆਪਾਂ ਚੱਲੇ ਆ ਯੂਪੀ ਤੋਂ ਹੋ ਕੇ ਹਰਿਆਣੇ ਚ ਵੜ ਜਾਣਾ ਚਲੋ ਚੱਲੀਏ ਚਲੋ ਚੱਲੀਏ ਜੀ ਹੁਣ ਥੋੜੀ ਥੋੜੀ ਭੁੱਖ ਲੱਗ ਗਈ ਆ ਤੇ ਦੇਖਦੇ ਆ ਕੀ ਖਾਣ ਨੂੰ ਕੀ ਪੀਣ ਲੱਗੇ ਹੋ ਸ਼ਿਕੰਜੀ ਸ਼ਿਕੰਜੀ ਅਸੀਂ ਸ਼ਿਕੰਜੀ ਵੀ ਕਹੀਦਾ ਹੈ ਨਾ ਸ਼ਿਕੰਜਵੀ ਆਪਾਂ ਕਹਿੰਦੇ ਹਾਂ ਇਹ ਕੀ ਨਾਲ ਪਕੌੜੇ ਵੀ ਖਾਣ ਨੂੰ ਦਿੰਦੇ ਸੋਚੀ ਅਸੀਂ ਆਏ ਹਾਂ ਜੀ ਹਲਦੀ ਰਾਮ ਦੇ ਅਤੇ ਇੱਥੇ ਆਪਾਂ ਖਾਣ ਲੱਗੇ ਹਾਂ ਜੀ ਖਾਣਾ ਭੁੱਖ ਲੱਗੀ ਹੈ ਅਤੇ ਇਸ ਵਕਤ ਹੋ ਚੁੱਕੇ ਹੋਏ ਆ ਜੀ 3 ਵੱਜ ਗਏ ਨੇ ਹਾਂਜੀ ਸਿਮੀ ਜੀ ਔਡਰ ਹੋ ਗਿਆ ਜੀ ਆਲਮੋਸਟ ਆਲਮੋਸਟ ਸਾਰੇ ਔਡਰ ਹੋ ਗਏ ਤੁਹਾਡਾ ਹੋ ਗਿਆ ਮੇਰਾ ਹੋ ਗਿਆ ਭਾਜੀ ਦਾ ਹੋ ਗਿਆ ਸਿਮਰਨ ਜੀ ਅਜੇ ਰਹਿੰਦੇ ਸਿਮਰਨ ਜੀ ਜਲਦੀ ਕਰੋ ਸਾਡਾ ਖਾਣਾ ਠੰਡਾ ਹੋ ਰਿਹਾ ਔਡਰ ਕਰਦੇ ਆਪਣਾ ਤਾਂ ਕਰਦੇ ਮੈਂ ਕੁਛ ਨਹੀਂ ਗਿਆ ਹੁਣ ਸਾਧ ਸੰਗਤ ਜੀ ਮੈਂ ਕੁਛ ਨਹੀਂ ਗਿਆ ਆਪ ਹੀ ਔਡਰ ਕਰ ਰਹੇ ਹੁਣੇ ਮੈਂ ਕੁਛ ਨਹੀਂ ਗਿਆ
ਸਾਡੀ ਤਾਂ ਕਦੀ ਕਦਾਈ ਹੁੰਦੀ ਹੈ ਤੁਸੀਂ ਕਿਹਾ ਕੁਛ ਨਹੀਂ ਹੈ, ਜਿਹੜੀਆਂ ਤੁਸੀਂ ਉਧਰੋਂ ਬੈਠੇ ਦੀਆਂ ਸ਼ਕਤੀਆਂ ਛੱਡ ਰਹੇ ਹੋ ਨਾ ਉਹ ਸਾਨੂੰ ਲੈਣ ਚ ਮਜਬੂਰ ਕਰ ਰਹੇ ਹਾਂ। ਮੈਂ ਕਿਹੜਾ ਇੱਦਾਂ ਕੀਤਾ, ਮੈਂ ਸੰਗਤ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਅਸੀਂ ਨਾ ਹੁਣੇ ਸ਼ਿਕੰਜ ਵੀ ਪੀ ਕੇ ਆਏ ਨਾ ਬਾਹਰ, ਇਹਨੇ ਉਹਦੇ ਵਿੱਚ ਮਿੱਠਾ ਪਵਾਇਆ ਐਕਸਟਰਾ। ਅਸਲ 'ਚ ਪਤਾ ਕੀ ਗੱਲ ਹੈ, ਜ਼ਿਆਦਾ ਨਮਕੀਨ ਹੋ ਗਈ ਸੀਗੀ ਸ਼ਿਕੰਜੀ, ਸ਼ਿਕੰਜੀ ਵੀ ਜਿਹੜੀ ਉਹ 'ਚ ਥੋੜ੍ਹਾ ਜਿਹਾ ਤਾਂ ਮਿੱਠਾ ਚਾਹੀਦਾ, ਤਾਂ ਹੀ ਉਹ ਨਿੰਬੂ ਦਾ ਟੇਸਟ ਆਉਣਾ। ਬੰਗਾਲੀ ਮਿਠਾਈਆਂ ਯਾਰ ਨਾ ਕਿੱਡੇ ਸੋਹਣੇ ਸੋਹਣੇ ਨਾ, ਅਨਾਰਕਲੀ, ਗੋਲੀ ਸੰਦੇਸ਼, ਸਪੈਸ਼ਲ ਆਈਟਮ। ਸੋ ਜੀ ਨਿਕਲ ਪਏ ਹੋਏ ਹਾਂ ਜੀ ਅਸੀਂ ਖਾ ਪੀ ਕੇ, ਅਤੇ ਪੈ ਗਏ ਹਾਂ ਰੋਡ ਦੇ ਉੱਤੇ ਸਿੱਧਾ ਹੁਣ। ਹਾਂਜੀ ਰੋਡ 'ਤੇ ਗੱਡੀ ਪਾਤੀ ਹੈ, ਪੈ ਅਸੀਂ ਗੱਡੀ 'ਚ ਗਏ ਹਾਂ ਖਾ ਕੇ, ਹੁਣ ਸਾਨੂੰ ਆ ਰਹੀ ਨੀਂਦ। ਵੈਸੇ ਅਸੀਂ ਖਾਣ ਤੋਂ ਬਾਅਦ ਨਾ 10-15 ਮਿੰਟ ਤੁਰ ਲਈਦਾ ਥੋੜ੍ਹਾ ਬਹੁਤਾ, ਤਾਂ ਜੋ ਇੱਕਦਮ ਗੱਡੀ 'ਚ ਨਾ ਬੈਠਿਆ ਜਾਵੇ। ਖਾਣਾ ਇੰਨਾ ਵਧੀਆ ਖਾਧਾ ਕਿ ਤੁਰਨ ਦਾ ਦਿਲ ਹੀ ਨਹੀਂ ਕੀਤਾ। ਮੈਂ ਤਾਂ ਬਾਥਰੂਮ ਦੇ ਬਹਾਨੇ ਮੈਂ ਤੁਰ ਫਿਰ ਰਿਹਾ ਥੋੜ੍ਹਾ ਜਿਹਾ, ਤੀਜੀ ਨਾਲ ਕਦਮ ਕਰ ਰਿਹਾ। ਚਲੋ ਵਧੀਆ ਕੀਤਾ ਮਾਰਿਆ ਫਿਰ ਤਾਂ। ਚਲੋ ਜੀ ਪੈਸੇ ਕਟਾਓ, ਟੋਲ ਟੈਕਸ ਆ ਗਿਆ। ਮੈਂ ਭਾਜੀ ਕਹਿ ਰਿਹਾ ਸੀਗਾ, ਮੈਂ ਕਿਹਾ ਬੱਸ ਨੂੰ ਹੁਣ ਛੱਡ ਦਿਓ, ਗਲ ਗਈ ਆ ਪੂਰੀ, ਹਾਲ ਕੀ ਹੋਇਆ ਨਾ, ਛੱਡ ਦਿਓ ਹੁਣ ਇਹਨੂੰ, ਰਿਟਾਇਰ ਕਰੋ, ਜਾਣ ਦਿਓ ਯਾਰ। ਪਿੱਛੋਂ ਵੀ ਦਿਖਾਉਣਾ ਸੀ ਮੂੰਹ ਇਹਦਾ, ਇੱਦਾਂ ਨਹੀਂ ਦਿਖਾਉਣਾ ਜੀ ਬੱਸ ਦਾ, ਸਾਡਾ ਥੋੜ੍ਹੀ ਦਿਖਾਉਣਾ ਮੂੰਹ ਹੀ ਆ, ਸਾਡੀ ਤਾਂ ਉੱਥੋਂ ਬੱਸ ਹੋਈ ਵੀ ਹੈ, ਇੱਦਾਂ ਨਹੀਂ ਬੱਸ ਦੀ ਬੱਸ ਆਈ ਜੀ ਯਾਰ। ਲਓ ਜੀ ਅਸੀਂ ਪਹੁੰਚ ਗਏ ਹਾਂ ਜੀ ਯਮੁਨਾ ਨਗਰ, ਅਤੇ ਉਹ ਸਿੰਘ ਸਾਨੂੰ ਲੈਣ ਆਇਆ ਜੀ, ਉਹਦਾ ਨਾਮ ਹੈ ਕਰਨ, ਉਹ ਸ਼ਾਇਦ ਤੁਹਾਨੂੰ ਨਹੀਂ ਦਿਖਦਾ ਹੋਣਾ ਇਸ ਸਕਰੀਨ ਦੇ ਵਿੱਚ, ਵੱਡੀ ਐਲ ਈ ਡੀ ਸਕਰੀਨ ਦੇ ਵਿੱਚ ਸ਼ਾਇਦ ਨਜ਼ਰ ਆ ਜਾਵੇ। ਚਲੋ ਜੀ ਸੋ ਆ ਗਏ ਹਾਂ ਜੀ, ਸਮਾਗਮ ਹੈ ਜਿੱਥੇ ਸਾਡੇ ਕਰਨ ਭਾਅ ਜੀ ਨੇ ਜੀ ਸਾਨੂੰ ਲੈ ਕੇ ਆਏ ਨੇ, ਭਾਅ ਜੀ ਜਿਨ੍ਹਾਂ ਦੇ ਆਪਾਂ ਰੁਕੇ ਹੋਏ ਸੀਗੇ ਪ੍ਰਸ਼ਾਦਾ ਛਕਿਆ। ਸੋ ਹੁਣ ਅਸੀਂ ਆ ਗਏ ਹਾਂ ਇੱਥੇ, ਸਮਾਗਮ ਚੱਲ ਰਿਹਾ, ਥੋੜ੍ਹੇ ਟਾਈਮ ਬਾਅਦ ਸਾਡਾ ਕੀਰਤਨ ਹੈ, ਅਤੇ ਉਦੋਂ ਤੱਕ ਅਸੀਂ ਥੋੜ੍ਹਾ ਜਿਹਾ ਟਹਿਲ ਲਈਏ, ਪ੍ਰਸ਼ਾਦਾ ਛਕਿਆ ਹੈ। ਕਾਕੇ ਆ ਜਾ।
ਆਜਾ ਸੁਣਾ ਸੁਣਾ ਸ਼ਬਦ ਸੁਣਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਟਾਕ ਲਿਆ। ਸੋਹਣਾ ਸੋਹਣਾ ਗਲਾ ਵਧੀਆ ਤੇਰਾ, ਚੜ੍ਹਦੀ ਗਲਾ ਬਹੁਤ ਪਿਆਰ ਵਾਲਾ ਬੱਚਾ ਤੇ ਮਹਾਰਾਜ ਦੀ ਕਿਰਪਾ, ਏਦਾਂ ਹੀ ਕਰਦੇ ਰਹੋ ਕੀਰਤਨ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਸਿੰਘੋ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।